ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਸੁਪਰੀਮ ਕੋਰਟ ਨੇ ਫਿਲਮ اداکار ਸੁਸ਼ਾਂਤ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦਾ ਐਲਾਨ ਕਰਨਗੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਟੀਚਾ ਦੇਸ਼ ਨੂੰ ਨਿਰਮਾਣ ਸਾਜੋ-ਸਮਾਨ ਦੇ ਉਤਪਾਦਨ ਵਿੱਚ ਆਲਮੀ ਤੁਰੇ ਵਜੋਂ ਵਿਕਸਿਤ ਕਰਨਾ ਹੈ। ਸ਼ਹਿਰੀ ਮਾਮਲੇ ਬਾਰੇ ਮੰਤਰੀ ਹਰਦੀਪ ਸਿੰਘ ਪੂਰੀ ਨੇ ਉੱਚ ਪਦਰੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸਵਾਨਿਦੀ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਦੇਸ਼ ਭਰ ਵਿੱਚ ਕੋਵਿਡ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 27 ਲੱਖ 67 ਹਜ਼ਾਰ ਤੋਂ ਪਾਰ ਹੋਈ। ਮਹਾਮਾਰੀ ਤੋਂ ਸੇਤਿਆਬ ਹੋਣ ਦੀ ਦਰ ਵੱਧ ਕੇ 73.64% ਤੱਕ ਪਹੁੰਚੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਹੂੰ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ ਨੇ ਫਿਲਮ اداکار ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਸੀਬੀਆਈ ਜਾਂਚ ਦੀ ਹੁਕਮ ਦਿੱਤੇ ਨੇ ਇਸ ਸੰਬੰਧੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਨੂੰ ਜਾਂਚ ਸੰਬੰਧੀ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਂਪਣ ਦੀ ਵੀ ਹਦਾਇਤ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਮੁੰਬਈ ਪੁਲਿਸ ਵੱਲੋਂ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ CrPC ਦੇ ਸੈਕਸ਼ਨ 174 ਤਹਿਤ ਕੀਤੀ ਜਾ ਰਹੀ ਸੀ ਜਿਸ ਦਾ ਦਾਇਰਾ ਜਾਂਚ ਪਰਤਾਦ ਦੇ ਲਈ ਸੀਮਿਤ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਸ ਕੇਸ ਨਾਲ ਸੰਬੰਧਿਤ ਕੋਈ ਹੋਰ ਕੇਸ ਕਿਤੇ ਦਰਜ ਕੀਤਾ ਗਿਆ ਹੈ ਤਾਂ ਉਸ ਦੀ ਜਾਂਚ ਵੀ CBI ਵੱਲੋਂ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਬਿਹਾਰ ਪੁਲਿਸ ਵੱਲੋਂ ਦਰਜ ਕੀਤੀ ਗਈ FIR ਨੂੰ ਜਾਇਜ਼ ਠਹਿਰਾਇਆ ਹੈ ਅਤੇ ਨਾਲ ਹੀ CBI ਨੂੰ ਕੇਸ ਸੌਪਣ ਨੂੰ ਵੀ ਸਹੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕੇ ਦੇਸ਼ ਵਿਆਪੀ ਸਲਾਨਾ ਸਾਫ ਸਫਾਈ ਸਰਵੇ ਸਵਚ ਸਰਵੇਖਣ 2020 ਦੀ ਪੰਜਵੀਂ ਕੜੀ ਦੇ ਨਤੀਜਿਆਂ ਦਾ ਐਲਾਨ ਕਰਨਗੇ ਇਹ ਜਾਣਕਾਰੀ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰਾਲਾ ਵੱਲੋਂ ਦਿੱਤੀ ਗਈ ਹੈ ਮੰਤਰਾਲਾ ਦੇ ਬੁਲਾਰੇ ਰਾਜੀਵ ਜੈਨ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਦੇਸ਼ ਦੀ 4242 ਸ਼ਹਿਰਾਂ 62 ਕੰਟੋਨਮੈਂਟ ਬੋਡਾਂ ਗੰਗਾ ਦਰਿਆ ਨਾਲ ਪਾਸੇ 92 ਸ਼ਹਿਰਾਂ ਦੇ 1 ਕਰੋੜ 87 ਲੱਖ ਲੋਕਾਂ ਨੇ ਇਸ ਸਰਵੇ ਦੇ ਵਿੱਚ ਹਿੱਸਾ ਲਿਆ। ਉਹਨਾਂ ਦੱਸਿਆ 20 ਅਗਸਤ ਨੂੰ ਹੋਣ ਵਾਲੇ ਸਵੱਛ ਮਹਾਉਤਸਵ ਸਮਾਗਮ ਦੌਰਾਨ ਸਵੱਛਤਾ ਮੁਕਾਬਲੇ ਦੇ 129 ਜੇਤੂ ਸ਼ਹਿਰਾਂ ਅਤੇ ਸੂਬਿਆਂ ਨੂੰ ਸਨਮਾਨ ਦਿੱਤੇ ਜਾਣਗੇ। ਸਵੱਛ ਮਹਾਉਤਸਵ ਦਾ ਆਯੋਜਨ ਮਕਾਨ ਅਨੁਸਾਰ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰਾਲਾ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੇ ਚੌੜੇ ਲਾਪਤਿਆਂ ਦੇ ਨਾਲ ਗੱਲਬਾਤ ਕਰਨਗੇ ਇਸ ਤੋਂ ਇਲਾਵਾ ਵੀਡੀਓ ਕਾਨਫਰencing ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਠੇ ਸਵચ્છਗ੍ਰਹੀਆਂ ਅਤੇ ਸਫਾਈ ਕਰਮੀਆਂ ਦੇ ਨਾਲ ਵੀ ਪ੍ਰਧਾਨ ਮੰਤਰੀ ਵਿਲੋਚ ਚਰਚਾ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਸਵੱਛ ਸਰਵੇਖਣ 2020 ਦੇ ਨਤੀਜਿਆਂ ਦੇ ਡੈਸ਼ਬੋਰਡ ਨੂੰ ਲਾਂਚ ਕਰਨਗੇ ਰਾਜੀਵ ਜੈਨ ਨੇ ਦੱਸਿਆ ਕਿ ਸਵੱਛ ਸਰਵੇਖਣ 2020 8 ਹਾਈ ਦਿਨਾਂ ਵਿੱਚ ਮੁਕੰਮਲ ਕੀਤਾ ਗਿਆ ਜਿਸ ਦੌਰਾਨ ਸਵੱਛਤਾ ਐਪ ਤੇ 1 ਕਰੋੜ 70 ਲੱਖ ਨਾਗਰਿਕ ਰਜਿਸਟਰਡ ਹੋਏ ਅਤੇ ਸੋਸ਼ਲ ਮੀਡੀਆ ਤੇ 11 ਕਰੋੜ ਮਪ੍ਰਸ਼ਨ ਤੋਂ ਇਲਾਵਾ 5.5 ਲੱਖ ਤੋਂ ਵੱਧ ਸਮਾਜਿਕ ਭਲਾਈ ਸਕੀਮਾਂ ਨਾਲ ਜੁੜੇ ਸਫਾਈ ਕਰਮੀ ਅਤੇ 84 ਹਜ਼ਾਰ ਤੋਂ ਵੱਧ ਗੈਰ ਰਸਮੀ ਕੂੜਾ ਕਰਕਟ ਦਾ ਪ੍ਰਬੰਧ ਕਰਨ ਵਾਲੇ ਲੋਕ ਵੀ ਮੁੱਖ ਤਾਰਾ ਨਾਲ ਜੁੜੇ। ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰਤ ਦੇ ਸਭ ਤੋਂ ਵੱਧ ਸਾਫ਼ ਸ਼ਹਿਰ ਬਣਨ ਦੀ ਲਾਲਸਾ ਨਾਲ ਮੁਕਾਬਲੇ ਦੀ ਪਾਪਨਾ ਪੈਦਾ ਕਰਨ ਲਈ ਸਵੱਛ ਸਰਵੇਖਣ ਸ਼ੁਰੂ ਕੀਤਾ ਗਿਆ ਸੀ। ਸੂਖਮ ਲਗੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਦੇਸ਼ ਨੂੰ ਨਿਰਮਾਣ ਸਾਜੋ-ਸਮਾਨ ਦੇ ਉਤਪਾਦਨ ਦੇ ਵਿੱਚ ਆਲਮੀ ਤੁਰੇ ਵਜੋਂ ਵਿਕਸਿਤ ਕਰਨ ਦਾ ਟੀਚਾ ਹੈ। ਨਵੀਂ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗੜਕਰੀ ਨੇ ਕਿਹਾ ਕਿ ਆਤਮ-ਨਿਰਭਰ ਪਾਰ ਦੇ ਟੀਚੇ ਨੂੰ ਹਾਸਲ ਕਰਨ, ਦਰਾਮਤ ਨੂੰ ਘਟਾਉਣ ਤੇ ਉਤਪਾਦਨ ਸੈਕਟਰ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ। ਗੜਕਰੀ ਨੇ ਸਨਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰਾਂ ਦੇ ਵਿੱਚ ਸਨਤੀ ਕਲਸਟਰ ਟੈਕਨੋਲੋਜੀ ਕੇਂਦਰ ਖੋਜ ਲਾਇਬਾਂ ਤੇ ਤਕਨੀਕ ਅਤੇ ਹੁਨਰਦਾਰ ਨਵੀਨੀਕਰਨ ਕਰਨ ਲਈ ਅੱਗੇ ਆਉਣ ਉਹਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਹਿਤਧਾਰਕਾਂ ਨੂੰ ਹਰ ਸੰਭਵ ਸਹਾਇਤਾ ਉਪਲਬਧ ਕਰਵਾਈ ਜਾਵੇਗੀ ਗੜਕਰੀ ਨੇ ਵੱਡੀਆਂ ਸਨਤਾਂ ਨੂੰ ਸੁਖਮ ਲੱਗੋ ਤੇ ਦਰਮਿਆਨੀ ਉਦਯੋਗਾਂ ਦੇ ਬਕਾਇਆ ਜਲਦ ਤੋਂ ਜਲਦ ਜਾਰੀ ਕਰਨ ਲਈ ਵੀ ਕਿਹਾ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੂਰੀ ਨੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸਵਾਨੀਦੀ ਸਕੀਮ ਦੀ ਪ੍ਰਗਤੀ ਦਾ جائزہ ਲਿਆ ਮੀਟਿੰਗ ਦੌਰਾਨ ਹਰਦੀਪ ਸਿੰਘ ਪੂਰੀ ਨੇ ਸਾਰੇ ਅਧਿਕਾਰੀਆਂ ਨੂੰ ਰੈਡੀ ਫੜੀ ਵਾਲੇ ਵਿਕਰੀਤਾਵਾਂ ਮਾ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਕਿਹਾ ਪੂਰੀ ਨੇ ਕਿਹਾ ਕਿ ਇਹ ਮਹਾਮਾਰੀ ਦੇ ਸਮੇਂ ਦੌਰਾਨ ਇਨ੍ਹਾਂ ਰੈਡੀ ਫੜੀ ਵਾਲਿਆਂ ਨੂੰ ਆਰਥਿਕ ਨੁਕਸਾਨ ਚੱਲਣਾ ਪਿਆ ਹੈ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਾਨੀਦੀ ਸਕੀਮ ਤਹਿਤ ਇਹ ਵਿਕਰੀਤਾ ਆਪਣੇ ਕਾਰੋਬਾਰ ਨੂੰ ਮੂੜ ਪੈਰਾ ਸਿਰ ਕਰ ਸਕਣਗੇ ਪ੍ਰਧਾਨ ਮੰਤਰੀ ਸਵਾਨੀਦੀ ਸਕੀਮ ਤਹਿਤ ਹੁਣ ਤੱਕ 5.70 ਲੱਖ ਤੋਂ ਵੱਧ ਕਰਜ਼ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਵਿੱਚ 135000 ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ ਨੇ ਕੇਂਦਰ ਸਰਕਾਰ ਵੱਲੋਂ 1 ਜੂਨ ਤੋਂ ਰੇੜੀ ਫੜੀ ਵਾਲਿਆਂ ਲਈ ਪ੍ਰਧਾਨ ਮੰਤਰੀ ਸੁਵਾਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਉਨ੍ਹਾਂ ਨੂੰ 1 ਸਾਲ ਦੀ ਮਿਆਦ ਦੇ ਲਈ 10000 ਰੁਪਏ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ ਦੇ ਦਿੱਤਾ ਜਾ ਰਿਹਾ ਹੈ ਭਾਰਤੀ ਅਮਰੀਕਾ ਵਿਚਾਲੇ ਵਰਚੁਅਲ ਮਾਧਿਅਮ ਰਾਹੀਂ ਨੇਤਾਵੰਦ ਦੇ ਸਿਖਰ ਸੰਮੇਲਨ ਨੂੰ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਸੰਬੋਧਨ ਕਰਨਗੇ 31 ਅਗਸਤ ਤੋਂ 3 ਸਤੰਬਰ ਤੱਕ ਅਮਰੀਕਾ ਭਾਰਤ ਰਣਨੀਤਿਕ ਤੱਕ ਪਾਈ ਵਾਲੀ ਫੋਰਮ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਦੌਰਾਨ ਰੱਖਿਆ ਸਮੇਤ ਦਵੱਲੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਫਾਰਮ ਦੇ ਪ੍ਰਧਾਨ ਮੁਕੇਸ਼ ਯਾਗੀ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਇਸ ਸਮੇਲਨ ਦੇ ਵਿੱਚ ਸ਼ਾਮਲ ਹੋਣ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਭਾਰਤ ਪ੍ਰਸ਼ਾਂਤ ਖੇਤਰ ਦੇ ਵਿੱਚ ਸਹਿਯੋਗ ਵਧੇਗਾ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਤੱਕ ਚੱਲਣ ਵਾਲੀ ਇਸ ਵਿਆਪਕ ਗੱਲਬਾਤ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੁਨਿਆਦੀ ਢਾਂਚੇ ਤੇ ਗੱਲਬਾਤ ਕੀਤੀ ਜਾਵੇਗੀ ਤੇ ਨਾਲ ਹੀ ਰੱਖਿਆ, ਊਰਜਾ, ਖੇਤੀਬਾੜੀ ਤੇ ਸਿਹਤ ਸੰਭਾਲ ਜਿਹੇ ਖੇਤਰਾਂ ਦੇ ਵਿੱਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਜਿਹੇ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਅਗਿਨੇ ਕਿਹਾ ਕਿ ਇਸ ਸਮੇਲਨ ਦੇ ਵਿੱਚ ਭਾਰਤ ਦੇ ਵਿਸ਼ਣਚ ਅਤੇ ਸਨਤ ਮੰਤਰੀ ਪਿਊਸ਼ ਗੋਇਲ ਭਾਰਤੀ ਵਿੱਚ ਅਮਰੀਕਾ ਦੇ ਅੰਬੈਸਡਰ ਕੈਨਥ ਜਸਟ ਅਮਰੀਕਾ ਵਿੱਚ ਭਾਰਤੀ ਸਫਾਰਦਕਾਰ ਤਰਨਜੀਤ ਸਿੰਘ ਸੰਧੂ ਨੀਤੀ ਆਯੋਗ ਦੇ ਸੀਈਓ ਅਮਿਤ ਆਪਕਾਂ ਤੋਂ ਇਲਾਵਾ ਹੋਰ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਇਸ ਸੰਮੇਲਨ ਦੇ ਵਿੱਚ ਵਪਾਰ ਤੇ سرمایہਕਾਰੀ ਰਣਨੀਤਿਕ ਊਰਜਾ ਸਬੰਧਾਂ ਆਲਮੀ ਸਪਲਾਈ ਲੜੀ ਦੇ ਵਿੱਚ ਭਾਰਤ ਦੀ ਸਥਿਤੀ ਫਿਟਨੈਸ ਦੇ ਵਿੱਚ ਦਵੱਲਾ ਸਹਿਯੋਗ ਸੇਤ ਸੰਭਾਲ ਅਤੇ ਟੈਕਨੋਲੋਜੀ ਖੇਤਰ ਦੇ ਵਿੱਚ ਧਿਆਨ ਕੇਂਦਰਿਤ ਕੀਤਾ ਜਾਵੇਗਾ ਦੇਸ਼ ਭਾਰਤ ਦੇ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 726000 ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਵਿੱਤ ਦਿਨ ਕਰੋਨਾ ਮਹਾਂਮਾਰੀ ਦੇ 68000 ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਮੰਤਰਾਲੇ ਨੇ ਦੱਸਿਆ ਕਿ ਕੋਵਿਡ-19 ਤੋਂ ਸਹਿਤਿਆਭੋਂ ਦੀ ਦਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਜੂਦਾ ਸਮੇਂ ਇਹ ਦਰ ਵਾਧੇ ਦੇ ਤਹਿਤ 37.64% ਤੱਕ ਪਹੁੰਚ ਗਈ ਹੈ। ਮਹਾਂਮਾਰੀ ਨਾਲ ਮੌਤ ਦੀ ਦਰ ਵੀ ਘਟ ਕੇ 1.91% ਤੇ ਆ ਗਈ ਹੈ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ਦੇ ਵਿੱਚ 1092 ਮੌਤਾਂ ਹੋਈਆਂ ਨੇ ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 52899 ਹੋ ਗਿਆ ਹੈ ਮਹਾਂਮਾਰੀ ਤੋਂ ਸਹਿਤਿਆਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 20 ਲੱਖ ਤੋਂ ਪਾਰ ਹੋ ਕੇ 2037870 ਹੋ ਗਿਆ ਹੈ ਮਹਾਰਾਸ਼ਟਰ ਵਿੱਚ ਬੀਤੇ 24 ਘੰਟਿਆਂ ਦੌਰਾਨ ਮਹਾਂਮਾਰੀ ਨਾਲ ਸਭ ਤੋਂ ਵੱਧ 422 ਮੌਤਾਂ ਹੋਈਆਂ ਨੇ ਜਦਕਿ ਕਰਨਾਟਕ ਦੇ ਵਿੱਚ 139 ਮਰੀਜ਼ਾਂ ਨੇ ਆਪਣੀ ਜਾਨ ਗੁਆਈਏ تامੇਨਾਡੂ ਵਿੱਚ 121 ਆਂਧਰਾ ਪ੍ਰਦੇਸ਼ ਦੇ ਵਿੱਚ 88 ਉੱਤਰ ਪ੍ਰਦੇਸ਼ ਵਿੱਚ 70 ਅਤੇ ਪੱਛਮੀ ਬੰਗਾਲ ਵਿੱਚ 55 ਮਰੀਜ਼ਾਂ ਦੀ ਮੌਤ ਹੋਈ। ਮਹਾਰਾਸ਼ਟਰ ਵਿੱਚ ਹੁਣ ਤੱਕ 20687 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਮੁਤਾਬਕ 70% ਤੂਫਤ ਮਰੀਜ਼ਾਂ ਦੀ ਮੌਤ ਮਹਾਮਾਰੀ ਦੇ ਨਾਲ ਹੋਰਨਾ ਅਲਾਮਤਾ ਕਾਰਨ ਹੋਈ ਹੈ। ਭਾਰਤੀ ਮੈਡੀਕਲ ਖੋਜ ਪਰਿਸ਼ਦ ਮੁਤਾਬਕ ਕੱਲ ਤੱਕ 3 ਕਰੋੜ 17 ਲੱਖ 43 ਹਜ਼ਾਰ ਕੋਵਿਡ ਜਾਂਚ ਟੈਸਟ ਕਿਤੇ ਜਾ ਚੁਕੇ ਨੇ ਜਿਨ੍ਹਾਂ ਵਿੱਚੋਂ ਬੀਤੇ ਦਿਨ 8 ਲੱਖ ਤੋਂ ਵੱਧ ਟੈਸਟ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸਤਲੁਜ-ਯਮਨਾ ਲਿੰਕ ਨਹਿਰ ਦੇ ਮੁੱਦੇ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਨਾਲ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨੂੰ ਪੰਗ ਕਰਨ ਦੀ ਸਮਰੱਥਾ ਰੱਖਦਾ ਹੈ। ਉਹਨੇ ਕਿਹਾ ਕਿ ਇਸ ਮਾਮਲੇ ਨੂੰ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਵੇਖਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਐਸਵਾਈਐਲ ਦੇ ਮੁੱਦੇ ਤੇ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ ਤਾਂ ਪੰਜਾਬ ਵਿੱਚ ਸਥਿਤੀ ਵਿਗੜ ਸਕਦੀ ਹੈ ਤੇ ਜਿਸ ਨਾਲ ਇਹ ਕੌਮੀ ਸਮੱਸਿਆ ਦਾ ਰੂਪ ਧਾਰਨ ਕਰ ਸਕਦੀ ਹੈ। ਉਨਾ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਸੂਬੇ ਵੀ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੀਟਿੰਗ ਨੂੰ ਹਾਂ ਪੱਖੀ ਅਤੇ ਦੋਸਤਾਨਾ ਦੱਸਦਿਆਂ ਕਿਹਾ ਕਿ ਉਹ ਪੰਜਾਬ ਦੇ ਨਜ਼ਰੀਏ ਨੂੰ ਪਲੀ ਭਾਂਤ ਜਾਣਦੇ ਨੇ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਤੈ ਸਮੇਂ ਅੰਦਰ ਪਾਣੀ ਦੀ ਉਪਲਬਧਤਾ ਦਾ ਤਾਜ਼ਾ ਬਲਾਣਕਣ ਕਰਨ ਲਈ ਟ੍ਰਿਬਿਊਨਲ ਦੀ ਮੰਗ ਨੂੰ ਦੁਹਰਾਇਆ ਜਿਸ ਮੁਤਾਬਕ ਪੰਜਾਬ ਨੂੰ ਯਮਨਾ ਨਦੀ ਸਣੇ ਉਪਲਬਧ ਕੁਲ ਸਰੋਤਾਂ ਦੇ ਵਿੱਚੋਂ ਪਾਣੀ ਦਾ ਪੂਰਾ ਹਿੱਸਾ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਾਣੀਆਂ ਸੰਬੰਧੀ ਸਹੀ ਅਦਾਲਤੀ ਹੁਕਮ ਲੈਣ ਲਈ ਇਹ ਜ਼ਰੂਰੀ ਹੈ ਕਿ ਟ੍ਰਿਬਿਊਨਲ ਸਥਾਪਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਰਾੜੀ ਕਮਿਸ਼ਨ ਵੱਲੋਂ ਤਜਵੀਜ਼ ਕੀਤੀ ਗਈ ਪਾਣੀ ਦੀ ਵੰਡ 40 ਸਾਲ ਪੁਰਾਣੀ ਹੈ ਜਦਕਿ ਕੁਮંત્રી ਨਿਯਮਾਂ ਮੁਤਾਬਕ ਅਸਥਿਤੀ ਦਾ ਪਤਲ ਗੌਨ ਲਈ ਹਰ ਇੱਕ 25 ਸਾਲਾਂ ਬਾਅਦ ਨਜ਼ਰਸਾਨੀ ਕਰਨੀ ਜ਼ਰੂਰੀ ਹੈ। ਐਸਪੀਐਲ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਅਗਲੀ ਮੀਟਿੰਗ ਚੰਡੀਗੜ੍ਹ ਵਿੱਚ ਜਲਦ ਹੀ ਹੋਵੇਗੀ। ਦੂਜੇ ਪਾਸੇ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਨੂੰ ਤਸੱਲੀ ਬਖਸ਼ ਇਹੀ ਉੱਚ ਪੱਧਰੀ ਮੀਟਿੰਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਹੋਈ ਸੀ। ਉੱਗੇ ਕ੍ਰਿਕਟ ਖਿਡਾਰੀ ਰੋਹਿਤ ਸ਼ਰਮਾ ਸਣੇ ਚਾਰ ਐਥਲੀਟਾਂ ਦੇ ਨਾਵਾਂ ਦੇ ਦੀ ਦੇਸ਼ ਦੇ ਸਰਵੋੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਲਈ ਸਿਫਾਰਸ਼ ਕੀਤੀ ਗਈ ਹੈ। ਸਿਫਾਰਸ਼ ਕੀਤੇ ਜਾਣ ਵਾਲੇ ਖਿਡਾਰੀਆਂ ਦੇ ਵਿੱਚ ਏਸ਼ੀਆਈ ਖੇਡਾਂ ਵਿੱਚ ਸੋਨ ਤਾਮ ਦਾ ਜੇਤੂ ਵਿਨੇਸ਼ ਫੋਗੜ ਟੇਬਲ ਟੈਨਿਸ ਚੈਂਪੀਅਨ ਮਨਿਕਾ ਬਤਰਾ ਤੇ ਪੈਰਾਓਲੰਪਿਕ ਸੋਨ ਤਾਮ ਦਾ ਜੇਤੂ ਮਰੀਪਨ ਥੰਗਾ ਬੇਲੂ ਦਾ ਨਾ ਸ਼ਾਮਲੇ ਸੇ ਨਾਲੇ ਕਮਰਾ ਦਾ ਹੀ ਬਲੇਟ ਖਤਮ ਹੁੰਦਾ ਹੈ ਇਜਾਜ਼ਤੋ ਨਮਸਕਾਰ